देसी चैनल देख रहे सारे दर्शकों मेरे यानी सिमरन हंस वालों प्यार ते सत्कार परी सत श्री अकाल। सो 17 फरवरी नू सिनेमा करन दे विच फिल्म आ रही है गोल गप्पे। फिल्म दे डायरेक्टर ते फिल्म दे एक्टर मेरे नाल मौजूद ने, सत श्री अकाल समीप कांग साहब ते सत श्री अकाल जी। सत श्री अकाल जी। सर की हाल चाल ने? बहुत वधिया जी, बहुत वधिया। किवें चल रही है जिंदगी? बहुत वधिया चल रही जी, फिल्म रिलीज ते आ, इस तो वधिया टाइम की होगा जी, जिहड़ी मेहनत कीती है ओह सामने लोकां दे आ रही है, वधिया चल रही है बहुत जिंदगी। ਗੋਲਗੱਪੇ ਨੂੰ ਬਣਾਉਂਦੇ ਹੋਏ ਕਿੰਨਾ ਕੁ ਇੰਜੋਏ ਕੀਤਾ ਅਤੇ ਗੋਲਗੱਪੇ ਖਾਂਦੇ ਹੋਏ ਕਿੰਨਾ ਕੁ ਇੰਜੋਏ ਕਰਦੇ? ਗੋਲਗੱਪੇ ਪਹਿਲਾਂ ਖਾਣ ਦੀ ਗੱਲ ਕਰ ਲੈਂਦੇ ਹਾਂ ਜੀ। ਗੋਲਗੱਪੇ ਖਾਣ ਦੇ ਤਾਂ ਬਹੁਤ ਇੰਜੋਏ ਕਰੀਦੇ ਜੀ, ਕਿਉਂ ਕਰਕੇ ਗੋਲਗੱਪੇ ਇੱਕ ਇਹੋ ਜਿਹੀ ਚੀਜ਼ ਆ, ਮੈਨੂੰ ਨਹੀਂ ਲੱਗਦਾ ਕਿਸੇ ਨੂੰ ਨਾ ਪਸੰਦ ਹੋਣਗੇ, ਅਤੇ ਬਹੁਤ ਇੰਜੋਏ ਕਰੀਦਾ ਖਾਂਦੇ ਹੋਏ, ਅਤੇ ਕਿਉਂ ਕਰਕੇ ਇਹੀ ਸੋਚ ਕੇ ਕਿ ਜਿਵੇਂ ਗੋਲਗੱਪੇ ਖਾਂਦੇ ਹੋਏ ਇੰਜੋਏ ਕਰੀਦਾ, ਇੱਕ ਫਿਲਮ ਬਣਾਈਏ ਜਿਹਨੂੰ ਦੇਖਦੇ ਹੋਏ ਲੋਕ ਇੰਜੋਏ ਕਰਨ, ਤਾਂ ਇਹ ਗੋਲਗੱਪੇ ਬਣਾਈ ਆ। ਅਤੇ ਜਦ ਤੁਸੀਂ ਆਪਣੇ ਫਰੈਂਡਸ ਦੇ ਨਾਲ ਕੋਈ ਵੀ ਫਿਲਮ ਬਣਾਉਂਦੇ ਹੋ ਜਿਹਨਾਂ ਨਾਲ ਤੁਹਾਡੀ ਟਿਊਨਿੰਗ ਹੈਗੀ ਆ, ਤਾਂ ਫਿਲਮ ਮੇਕਿੰਗ ਇੱਕ ਜੋਏ ਹੁੰਦਾ, ਮਜ਼ਾ ਆਉਂਦਾ ਜੀ, ਕਿਉਂ ਕਰਕੇ ਤੁਹਾਡੀ ਸਾਰਿਆਂ ਨਾਲ ਬਣਦੀ ਹੁੰਦੀ ਹੈ, ਦੋਸਤੀ ਹੁੰਦੀ ਹੈ, ਪਿਆਰ ਹੁੰਦਾ, ਤਾਂ ਐਂ ਲੱਗਦਾ ਕਿ ਜਿਵੇਂ ਪਿਕਨਿਕ ਕਰ ਰਹੇ, ਕਿਉਂ ਕਾਮੇਡੀ ਫਿਲਮਾਂ ਨੇ, ਸੈੱਟ 'ਤੇ ਮਾਹੌਲ ਵੀ ਹਲਕਾ ਫੁਲਕਾ ਹੀ ਰਹਿੰਦਾ, ਜਿਵੇਂ ਸੀਰੀਅਸ ਫਿਲਮਾਂ ਦੇ ਅੰਦਰ ਤਾਂ ਲੋਕ ਸੀਰੀਅਸ ਰਹਿੰਦੇ ਨੇ, ਮੂਡ 'ਚ ਰਹਿੰਦੇ, ਆਪਣੇ ਰੋਲ 'ਚ ਰਹਿੰਦੇ ਆ, ਇਹੋ ਜਿਹੀਆਂ ਫਿਲਮਾਂ ਦੇ ਅੰਦਰ ਹੱਸਦੇ ਖੇਡਦੇ ਫਿਲਮ ਬਣ ਜਾਂਦੀ ਹੈ ਜੇ ਸੈੱਟ ਦਾ ਮਾਹੌਲ ਠੀਕ ਹੋਵੇ। ਪਰ ਇਹ ਹੈ ਵੀ ਗੋਲਗੱਪੇ ਬਚਪਨ ਚ ਵੀ ਖਾਂਦੇ ਰਹੇ ਤੇ ਹੁਣ ਵੀ ਖਾ ਲਈਦੇ ਆ। ਦੇਖੋ ਕੀ ਹੈ ਕਿ ਗੋਲਗੱਪੇ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਕਈ ਵਾਰੀ ਰਾਹ ਦੇ ਵਿੱਚ ਹੀ ਟੁੱਟ ਜਾਂਦਾ ਹੈ, ਹੈ ਨਾ, ਉਹ ਇੰਨਾ ਨਾਜ਼ੁਕ ਹੁੰਦਾ ਹੈ ਕਿ ਉਹ ਰਾਹ 'ਚ ਹੀ ਟੁੱਟ ਜਾਂਦਾ, ਔਰ ਕਈ ਵਾਰੀ ਕੀ ਹੁੰਦਾ ਕਿ ਮੂੰਹ 'ਚ ਪਾਓ, ਮੂੰਹ 'ਚ ਪੂਰਾ ਨਹੀਂ ਆਉਂਦਾ, ਗੋਲਗੱਪਾ ਵੱਡਾ ਹੁੰਦਾ, ਉਹ ਵਿੱਚ ਹੀ ਮੂੰਹ ਦੇ ਬਾਹਰ ਹੀ ਗਿਰ ਜਾਂਦਾ। ਅਤੇ ਮੈਨੂੰ ਉਹੋ ਜਿਹੀ ਗੱਲਾਂ ਕਈ ਵਾਰੀ ਯਾਦ ਆਉਂਦੀਆਂ ਕਿ ਬਚਪਨ 'ਚ ਕਈ ਵਾਰੀ ਇਸ ਤਰ੍ਹਾਂ ਹੋਣਾ ਕਿ ਖਾ ਰਹੇ ਹਾਂ ਅਤੇ ਨਾਲ ਹੀ ਸ਼ਰਟ 'ਤੇ ਉਹ ਪਾਣੀ ਗਿਰ ਗਿਆ, ਅਤੇ ਉਹਦੇ ਕਰਕੇ ਘਰਦਿਆਂ ਨੇ ਫਿਰ ਚਪੇੜਾਂ ਮਾਰੀਆਂ ਵੀ ਖਾਣੇ ਵੀ ਨਹੀਂ ਆਉਂਦੇ ਤੁਹਾਨੂੰ, ਇਹੀ ਜਿਹੀ ਗੱਲ ਯਾਦ ਹੈ ਬਸ ਜੀ। ਗੋਲਗੱਪੇ ਦਾ ਨਾਮ ਗੋਲਗੱਪੇ ਰੱਖਣ ਦੇ ਪਿੱਛੇ ਕੀ ਰੀਜ਼ਨ ਸੀਗਾ? ਗੋਲਗੱਪੇ ਕੋਈ ਅਸੀਂ ਟਾਈਟਲ ਸੋਚ ਰਹੇ ਸੀ ਕਿ ਕੋਈ ਇਹੋ ਜਿਹਾ ਟਾਈਟਲ ਜਿਹਨੂੰ ਦੇਖ ਕੇ ਸੁਣ ਕੇ ਸਮਾਈਲ ਆ ਜਾਵੇ, ਅਤੇ ਲੱਭਦੇ ਇੱਕ ਲੱਗਿਆ ਗੋਲਗੱਪੇ। ਇਸ ਫਿਲਮ ਦੇ ਪ੍ਰੋਡਿਊਸਰ ਹੈਗੇ ਨੇ ਰਜਤ ਬੇਦੀ ਜੀ, ਉਹਨਾਂ ਨੇ ਸੁਜੈਸਟ ਕੀਤਾ ਕਿ ਗੋਲਗੱਪੇ ਕਿਹੋ ਜਿਹਾ ਟਾਈਟਲ। ਮੈਨੂੰ ਲੱਗਦਾ ਕਿ ਉਹਨਾਂ ਨੇ ਤੁਹਾਨੂੰ ਦੇਖ ਕੇ ਡਾਇਰੈਕਟਰ ਗੋਲਗੱਪੇ ਗੋਲ ਐਫਆਰ ਗਿਆ ਇਹਨੂੰ ਲੈ ਲੈ ਰਾਈਟਸ ਲਏ ਸੀ ਜੀ ਅਸੀਂ ਉਹ ਫਿਲਮ ਮੈਂ ਦੇਖੀ ਸੀ, ਮੈਨੂੰ ਬਹੁਤ ਪਸੰਦ ਆਈ ਸੀ, ਅਤੇ ਮੇਰਾ ਮਨ ਸੀਗਾ ਕਿ ਜਦੋਂ ਵੀ ਕਦੇ ਮੌਕਾ ਮਿਲਿਆ ਦੇ ਰਾਈਟਸ ਮਿਲਣ ਦਾ, ਜੇ ਮਿਲ ਗਏ ਤਾਂ ਪਿਕਚਰ ਬਣਾਉਣੀ ਹੈ, ਤਾਂ ਉਹਨਾਂ ਦੇ ਪ੍ਰੋਡਿਊਸਰ ਨੇ ਉੱਥੇ ਉਹਨਾਂ ਨੂੰ ਕੰਟੈਕਟ ਕੀਤਾ, ਉਹਨਾਂ ਤੋਂ ਰਾਈਟਸ ਲਏ, ਅਤੇ ਹੁਣ ਉਹਦੀ ਰਾਈਟਸ ਜਿਹੜੀ ਅਫੀਸ਼ੀਅਲੀ ਅਸੀਂ ਇਹ ਰੀਮੇਕ ਕਰ ਰਹੇ ਹਾਂ, ਰਾਮਜੀ ਰਾਓ ਸਪੀਕਿੰਗ। ਸੋ ਸਰ ਪੰਜਾਬੀ ਫਿਲਮਾਂ ਵੀ ਕਈ ਹੋ ਜਾਂ ਨੇ ਜਿਨ੍ਹਾਂ ਦੇ ਰੀਮੇਕ ਬਣਦੇ ਆ, ਰਾਈਟ? ਸੋ ਉਹਨਾਂ ਵਿੱਚੋਂ ਜੇਕਰ ਗੱਲ ਕੀਤੀ ਜਾਵੇ ਤੁਹਾਡੀਆਂ ਫਿਲਮਾਂ ਦੀ, ਤੁਸੀਂ ਵੀ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਨੇ, ਅਤੇ ਜੇਕਰ ਗੱਲ ਕੀਤੀ ਜਾਵੇ ਕੈਰੀ ਔਨ ਜੱਟਾ ਫਿਲਮ ਦੀ, ਇੱਕ ਅਜਿਹੀ ਫਿਲਮ ਜਿਹਨੇ ਇੱਕ ਵੱਖਰਾ ਮਾਈਲਸਟੋਨ ਸੈੱਟ ਕੀਤਾ ਪੰਜਾਬੀ ਇੰਡਸਟਰੀ ਦੇ ਵਾਸਤੇ, ਤੁਸੀਂ ਇਸ ਟਾਈਮ 'ਤੇ ਫਿਰ ਪੰਜਾਬੀ ਇੰਡਸਟਰੀ ਦੀ ਗਰੋਥ ਨੂੰ ਕਿਸ ਤਰੀਕੇ ਵੇਖਦੇ? ਬਹੁਤ ਗਰੋਥ ਹੀ ਗਰੋਥ ਆ ਜੀ। ਜਦੋਂ ਦੇਖੋ ਮੈਂ ਆਪਣਾ ਕਰੀਅਰ ਸਟਾਰਟ ਕੀਤਾ ਸੀਗਾ 96-97 ਦੇ ਅੰਦਰ, ਉਸ ਵੇਲੇ ਜਿਹੜੀਆਂ ਫਿਲਮਾਂ ਬਣਦੀਆਂ ਸੀ, ਸਾਲ 'ਚ 2-3 ਫਿਲਮਾਂ ਬਣਦੀਆਂ ਸੀ, ਰਿਲੀਜ਼ ਹੁੰਦੇ ਸੀ 6 ਪ੍ਰਿੰਟ ਜਿਹੜੇ ਮੇਨ ਸ਼ਹਿਰਾਂ ਦੇ ਅੰਦਰ ਆ, ਉਹ 6 ਪ੍ਰਿੰਟ ਹੀ ਘੁੰਮਦੇ ਸੀ ਸਾਰੇ ਪੰਜਾਬ ਦੇ ਅੰਦਰ। ਅੱਜ ਦਾ ਫਰਕ ਦੇਖ ਲਓ ਜੀ, ਕੋਈ ਇਹੋ ਜਿਹਾ ਸ਼ਹਿਰ, ਕੋਈ ਇਹੋ ਜਿਹਾ ਕਸਬਾ ਨਹੀਂ ਰਹਿੰਦਾ ਜਿੱਥੇ ਪਹਿਲੇ ਦਿਨ ਹੀ ਫਿਲਮ ਨਹੀਂ ਲੱਗਦੀ, 4-4-5-5 ਸ਼ੋਜ਼ ਨਹੀਂ ਲੱਗਦੇ। ਬਹੁਤ ਵੱਡਾ ਫਰਕ ਆ ਜੀ, ਕਿੱਥੇ 6 ਪ੍ਰਿੰਟ, ਕਿੱਥੇ 100-125 ਪ੍ਰਿੰਟਸ, ਇਹ ਬਹੁਤ ਵੱਡਾ ਫਰਕ ਆ, ਪਹਿਲੀ ਗੱਲ। ਦੂਜੀ ਗੱਲ, ਉਹਨੂੰ ਜੇ ਆਪਾਂ ਜੇ ਕਲੈਕਸ਼ਨ ਦੀ ਗੱਲ ਕਰੀਏ, ਉਹਨਾਂ ਦਿਨਾਂ ਦੇ ਫਿਲਮਾਂ ਕਲੈਕਸ਼ਨ 'ਚ ਵੀ ਕੁਛ ਨਹੀਂ ਕਰਦੀਆਂ ਸੀ, ਅੱਜ ਕਿੰਨੀ ਕਲੈਕਸ਼ਨ ਕਰਦੀਆਂ ਨੇ ਫਿਲਮਾਂ। ਇਹਦੇ ਕਰਕੇ ਲੋਕ ਜ਼ਿਆਦਾ ਇਨਵੈਸਟ ਕਰਦੇ ਨੇ, ਕਿਉਂ ਕਰਕੇ ਰਿਟਰਨ ਦਿਖਦੀ ਆ। ਸਭ ਤੋਂ ਵੱਡੀ ਗੱਲ ਜੀ, ਜਦ ਕੋਈ ਸੋਸ਼ਲੀ ਐਕਸੈਪਟੇਬਲ ਪ੍ਰੋਫੈਸ਼ਨ ਹੋ ਜਾਂਦਾ ਨਾ ਜੀ, ਇਹਦਾ ਮਤਲਬ ਆ ਕਿ ਉਹ ਚੱਲ ਰਿਹਾ, ਯਾਨੀ ਜਦ ਸਾਡੇ ਵੇਲੇ ਸੀ ਇਹ ਹੋਬੀ ਹੁੰਦੀ ਸੀ ਫਿਲਮਾਂ, ਵੀ ਬੰਦੇ ਕੰਮ ਜੋਬ ਕੋਈ ਹੋਰ ਕਰਦੇ ਸੀ,
ਨਾਲ ਫਿਲਮਾਂ 'ਚ ਕੰਮ ਕਰਦੇ ਸੀ। ਅੱਜ ਤਾਂ ਪੇਰੈਂਟਸ ਆਉਂਦੇ ਨੇ ਬੱਚਿਆਂ ਨੂੰ ਲੈ ਕੇ ਜੀ ਸਾਡੇ ਬੱਚੇ ਨੂੰ ਐਕਟਰ ਬਣਾਓ, ਸਾਡੀ ਬੇਟੀ ਨੂੰ ਐਕਟਰ ਬਣਾਓ, ਸੋਸ਼ਲੀ ਐਕਸੈਪਟੇਬਲ ਹੋ ਗਿਆ। ਉਹ ਇਸੇ ਕਰਕੇ ਆ, ਕਿਉਂ ਕਰਕੇ ਹੁਣ ਇਹਦੇ 'ਚ ਪੈਸਾ, ਨਾਮ, ਫੇਮ ਸਾਰਾ ਕੁਛ ਹੈਗਾ ਜੀ। ਇਹ ਮੇਰੀ ਇੰਟਰਪ੍ਰੀਟੇਸ਼ਨ ਹੈ, ਬਾਕੀ ਸ਼ਰਮਾ ਜੀ ਦੇ ਮਾਇੰਡ ਨਾ ਕਰਿਓ, ਮੈਂ ਤੁਹਾਡੇ ਨਾਲ ਡਿਸਐਗਰੀ ਕਰ ਜੀ। ਦੇਖੋ ਜਿਹੜੀਆਂ ਪਹਿਲਾਂ ਦੀਆਂ ਫਿਲਮਾਂ ਸੀਗੀਆਂ ਔਰ ਹੁਣ ਦੀਆਂ ਫਿਲਮਾਂ ਹੈ, ਦੇਖੋ ਅਸੀਂ ਫਿਲਮਾਂ ਬਣਾਉਂਦੇ ਮਾਸਿਸ ਵਾਸਤੇ ਜੀ। ਮਾਸਿਸ ਕਿਹੜੇ ਹੈ ਸਾਡੇ ਨਾਲ ਜੁੜੇ ਹੋਏ? ਸਾਨੂੰ ਜੇ ਗੱਡੀ 'ਚ ਅਸੀਂ ਜਾ ਰਹੇ ਹਾਂ, ਸਕੂਟਰ ਵਾਲਾ, ਗੱਡੀ ਵਾਲਾ ਤਾਂ ਪਛਾਣਦਾ ਹੈ ਕਿ ਰਿਕਸ਼ੇ ਵਾਲਾ ਪਛਾਣਦਾ ਹੈ ਸਾਨੂੰ, ਉਹ ਰੇਹੜੀ ਫੜੀ ਵਾਲਾ ਪਛਾਣਦਾ ਹੈ। ਪਿੰਡਾਂ ਦੇ ਹੁਣੇ ਮੈਂ ਗਿਆ ਸੰਗਰੂਰ ਦੇ ਕੋਲ, ਕਿਸੇ ਦੀ ਮੈਰਿਜ ਸੀਗੀ, ਮੈਂ ਉੱਥੇ ਗਿਆ ਅਤੇ ਉੱਥੇ ਜਿਹੜੇ ਰਾਹ ਰੂਹ ਮੈਂ ਰਾਹ ਦੇ ਵਿੱਚ ਪੁੱਛ ਰਿਹਾ ਸੀ, ਕਈ ਲੋਕ ਨਹੀਂ ਪਛਾਣ ਰਹੇ ਸੀ, ਪਰ ਜੇ ਸ਼ਹਿਰ 'ਚ ਮੈਂ ਬਾਹਰ ਵੀ ਨਹੀਂ ਨਿਕਲ ਸਕਦਾ। ਫਿਰ ਕੀ ਹੈ, ਜਿਹੜਾ ਗਰੀਬ ਬੰਦਾ ਹੀ ਹੈ, ਜਿਹੜਾ ਫਾਈਨੈਂਸ਼ਲੀ ਕਮਜ਼ੋਰ ਬੰਦਾ, ਉਹ ਮੌਲ 'ਚ ਆਉਂਦਾ, ਸ਼ਰਮਾਉਂਦਾ, ਯਾਰ ਮੇਰੇ ਕੱਪੜੇ ਕਿਹੋ ਜਿਹੇ ਹੈ, ਹੈ ਮੈਂ ਪਜਾਮਾ ਕੁੜਤਾ ਉਹੀ ਸਾਦੇ ਜਿਹੇ ਲੋਕ ਹੈ, ਯੇ ਹੈ। ਅਤੇ ਉੱਥੇ ਆਉਂਦੇ ਹੈ ਸਾਰੇ ਜੈਂਟਲਮੈਨ, ਬੜੇ ਸਫਿਸਟੀਕੇਟਿਡ। ਪਹਿਲਾਂ ਤਾਂ ਉਹ ਉੱਥੇ ਦਾ ਖਰਚਾ ਨਹੀਂ ਦੇ ਪਾਉਂਦਾ, ਫਿਰ ਹੀ ਉਹਨੂੰ ਇਨਫੀਰੀਅਰ ਕੰਪਲੈਕਸ। ਉਹ ਸਿਨੇਮੇ ਕਿਉਂ ਸਰਕਾਰ ਨੇ ਬੰਦ ਕਰ ਦਿੱਤੇ ਜਿਹੜੇ ਗਰੀਬਾਂ ਵਾਸਤੇ ਸੀਗੇ? ਇਹ ਤੁਹਾਡੇ ਥਰੂ ਮੈਂ ਦਰਸ਼ਕਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ, ਤੁਸੀਂ ਵੀ ਇਹ ਇੱਕ ਮੁਹਿੰਮ ਚਲਾਉਣੀ ਚਾਹੀਦੀ। ਆਪਾਂ ਹੋਰ ਪਾਸੇ ਭੱਜੇ ਫਿਰਦੇ ਹਾਂ, ਸਾਨੂੰ ਫਲਾਣਾ, ਸਾਡੀ ਫਲਾਣੀ ਡਿਮਾਂਡ ਹੈ। ਇਹ ਸਾਡੀ ਵੀ ਡਿਮਾਂਡ ਹੈ ਔਰ ਤੁਹਾਡੀ ਵੀ ਸ਼ਾਇਦ ਇਹ ਡਿਮਾਂਡ ਹੋਏ ਕਿ ਉਹ ਸਸਤਾ ਜਿਹੜਾ ਸਾਨੂੰ ਟਿਕਟ ਲੈਣ ਲਾ ਕੇ, ਅਸੀਂ ਜਦੋਂ ਫਿਲਮ ਦੇਖਣ ਜਾਂਦੇ ਸੀ, ਬਲੈਕ ਹੁੰਦੀਆਂ ਸੀਗੀਆਂ ਟਿਕਟਾਂ, ਪੁਲਿਸ ਡੰਡੇ ਮਾਰਦੀ ਸੀਗੀ, ਉਦੋਂ ਅਸੀਂ ਜਿਹੜੀ ਪਿਕਚਰ ਦੇਖੀ ਹੋਈ ਹੈ ਉਹ ਅੱਜ ਤੱਕ ਨਹੀਂ ਭੁੱਲੀ ਹੈ ਜੀ। ਉਹ ਹੁਣ ਨਹੀਂ ਹੈ, ਹੁਣ ਉਸ ਤਰ੍ਹਾਂ ਦਾ ਨਹੀਂ ਹੈ। ਬੜੀ ਮਹਿੰਗੀ ਟਿਕਟ ਹੈ ਮੌਲਸ ਦੇ ਵਿੱਚ, ਬੜੇ ਇੰਗਲਿਸ਼ ਬੋਲਣ ਵਾਲੇ ਬੰਦੇ ਆਉਂਦੇ ਉਹਨਾਂ ਵਾਸਤੇ ਕਿ ਅਸੀਂ ਫਿਲਮ ਬਣਾ ਰਹੇ ਹਾਂ, ਅਸੀਂ ਮਾਸਿਸ ਵਾਸਤੇ ਬਣਾ ਰਹੇ ਹਾਂ, ਹਰ ਤਰ੍ਹਾਂ ਦੇ ਕਮਿਊਨਿਟੀ ਵਾਸਤੇ ਫਿਲਮ ਬਣਾ ਰਹੇ ਹਾਂ। ਪਰ ਉਹ ਵਿਚਾਰੇ ਕਿਤੇ ਸਾਤੋਂ ਦੂਰ ਜਾਂ ਵੇਟ ਕਰ ਰਹੇ ਹਾਂ ਟੈਲੀਵਿਜ਼ਨ 'ਚ ਆਏਗੀ ਤਦ ਦੇਖਾਂ। ਹਾਂਜੀ ਹਾਂ, ਤਾਂ ਇਹ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਸਰਕਾਰ ਨੂੰ ਇਹ ਬੇਨਤੀ ਕਰੀਏ ਕਿ ਕਾਇੰਡਲੀ ਉਹ ਵੀ ਸਿਨੇਮਿਆਂ ਨੂੰ ਦੁਬਾਰਾ ਰਿਵਾਈਵ ਕੀਤਾ ਜਾਏ ਜਿਹਦੇ 'ਚ ਸਸਤੀ ਟਿਕਟ ਮਿਲ ਜਾਏ। ਇਹਨਾਂ ਦੀ ਗੱਲ ਨਾ ਇੱਕ ਦੇਖੋ, ਇੱਕ ਹੋਰ ਐਸਪੈਕਟ ਹੈਗਾ ਜਿਹੜਾ ਆਪਾਂ ਅਸੀਂ ਇੱਥੇ ਆਪਾਂ ਡਾਇਰੈਕਟਰ ਐਸ ਪ੍ਰੋਡਿਊਸਰ ਡਾਇਰੈਕਟਰ ਜਿਹੜੇ ਦਿਮਾਗ 'ਚ ਆਉਂਦਾ ਜੀ, ਉਹ ਜੋ ਸ਼ਰਮਾ ਜੀ ਨੇ ਕਿਹਾ ਨਾ, ਮੈਂ ਉਹਦਾ ਸਹਿਮਤ ਹਾਂ। ਉਹਦਾ ਦੇਖੋ, ਇੱਕ ਫੈਮਿਲੀ ਕੋਲ, ਇੱਕ ਮਿਡਲ ਕਲਾਸ ਫੈਮਿਲੀ ਕੋਲ ਮਹੀਨੇ ਦੇ ਅੰਦਰ ਇੱਕ ਫਿਲਮ ਦੇਖਣ ਦਾ ਬਜਟ ਹੁੰਦਾ ਜਿੰਨੀ ਅੱਜ ਮਹਿੰਗੀ ਟਿਕਟ ਹੈ। ਫੈਮਿਲੀ ਨੂੰ ਲੈ ਕੇ ਜਾਊਗਾ, ਉੱਥੇ ਖਾਣ ਪੀਣ ਦਾ ਸਮਾਨ ਲੈ ਕੇ, ਉਹਦਾ ਬਜਟ ਹਿੱਲ ਜਾਂਦਾ ਇੱਕੋ ਫਿਲਮ ਨਾਲ। ਸੋ ਸਾਨੂੰ ਇਹ ਡਰ ਲੱਗਦਾ ਹੁੰਦਾ ਕਿ ਸਾਡੀ ਫਿਲਮ ਤੋਂ ਪਹਿਲਾਂ ਉਸ ਮਹੀਨੇ ਜੇ ਕੋਈ ਹਿੱਟ ਫਿਲਮ ਆਈ ਆ, ਲੋਕਾਂ ਦਾ ਬਜਟ ਤਾਂ ਉਹਦੇ 'ਚ ਹੀ ਨਿਕਲ ਗਿਆ, ਸਾਡੀ ਫਿਲਮ ਤਾਂ ਆਉਣਾ ਨਹੀਂ। ਪਹਿਲੇ ਟਾਈਮ ਦੇ ਅੰਦਰ ਜਾਂ ਟਿਕਟਾਂ ਸਸਤੀਆਂ ਹੁੰਦੀਆਂ ਸੀ, ਬੰਦੇ ਚਾਰ ਚਾਰ ਫਿਲਮਾਂ ਵੀ ਦੇਖ ਲੈਂਦੇ ਸੀ, ਕਿਉਂ ਕਰਕੇ ਸਿੰਗਲ ਸਕਰੀਨ ਹੁੰਦੇ ਸੀਗੇ, ਟਿਕਟਾਂ ਸਸਤੀਆਂ ਹੁੰਦੀਆਂ, ਜੇ ਲੱਗਦਾ ਵੀ ਅਗਲੇ ਹਫ਼ਤੇ ਵੀ ਚੰਗੀ ਪਿਕਚਰ ਉਹ ਵੀ ਦੇਖ ਲਾਂਗੇ। ਅੱਜ ਬੰਦੇ ਪਲਾਨ ਕਰਦੇ ਨੇ ਵੀ ਮਹੀਨੇ ਚਲੋ ਆਹ ਲੈ ਜਾਂਦੇ ਹਾਂ ਫੈਮਿਲੀ ਨੂੰ ਪਿਕਚਰ। ਹੁਣ ਸਾਨੂੰ ਇਹ ਡਰ ਪੈ ਜਾਂਦਾ ਵੀ ਜੇ ਸਾਡੇ ਤੋਂ ਪਹਿਲਾਂ ਇਸ ਮਹੀਨੇ ਕੋਈ ਹਿੱਟ ਹੋ ਗਈ, ਸਾਡੇ ਵਾਲੀ ਨਹੀਂ ਦੇਖਣ ਆਉਣਗੇ, ਉਹਨਾਂ ਦਾ ਬਜਟ ਖਤਮ ਹੋ ਗਿਆ। ਸੋ ਆਈ ਐਗਰੀ ਕਿ ਵੀ ਟਿਕਟਾਂ ਦਾ ਰੇਟਸ ਇੰਨਾ ਹਾਏ ਆ ਕਿ ਪਹੁੰਚ ਤੋਂ ਬਾਹਰ ਹੋ ਗਿਆ ਮਿਡਲ ਕਲਾਸ ਲੋਕਾਂ ਦੇ, ਅਤੇ ਉਹ ਵੇਟ ਕਰਦੇ ਕਿ ਟੀ ਵੀ 'ਤੇ ਦੇਖ ਲਈਏ, ਸੈਟਲਾਈਟ 'ਤੇ ਜਦ ਆਊਗੀ। ਸੋ ਯੈਸ, ਇਹ ਗੱਲ ਤਾਂ ਸਹੀ ਹੈ। ਮੈਂ ਸਰਕਾਰ ਨੂੰ ਇਸ ਬਾਰੇ ਜ਼ਰੂਰ ਕੁਛ ਨਾ ਕੁਛ ਉਪਰਾਲਾ ਕਰਨਾ ਚਾਹੀਦਾ। ਫਿਰ ਸਾਡੇ ਦਰਸ਼ਕ ਹੈ ਸਟੂਡੈਂਟ ਨੂੰ ਕਿੰਨਾ ਕੁ ਜੇਬ ਖਰਚਾ ਮਿਲ ਜਾਂਦਾ ਹੈ, 5,000 ਮਹੀਨਾ ਮਿਲ ਰਿਹਾ ਹੋਏਗਾ, ਇੱਕ ਵਾਰੀ ਫਿਲਮ ਦੇਖੇ ਤਾਂ 2-3,000 ਰੁਪਇਆ ਉਹ ਖਰਚ ਦਿੰਦੇ। ਜੇ ਮਹੀਨੇ 'ਚ 4 ਫਿਲਮਾਂ ਆਈਆਂ, ਸਟੂਡੈਂਟ ਵੀ ਨਹੀਂ ਦੇਖ ਪਾਉਣੇ। ਅਸੀਂ ਲੋਕ ਮਿਹਨਤ ਕਰ ਰਹੇ, ਦੇਖੋ ਕੀ ਹੈ, ਕੋਈ ਬਹੁਤ ਬੱਚਾ ਮਾਂ ਪਿਓ ਦੀ ਸੇਵਾ ਕਰਨ ਵਾਲਾ ਹੋਏ ਤਾਂ ਉਹਨੂੰ ਆਪਾਂ ਕਹਿੰਦੇ ਸ਼ਰਵਣ ਕੁਮਾਰ ਬੱਚਾ ਜੀ। ਸ਼ਰਵਣ ਕੁਮਾਰ ਬੱਚੇ ਦਾ ਮਤਲਬ ਕੀ ਹੈ, ਜਿਹੜੀ ਮਾਂ ਬਾਪ ਦੀ ਸੇਵਾ ਕਰੇ। ਅਸੀਂ ਸਾਰੇ ਚਾਹੁੰਦੇ ਕਿ ਮਾਂ ਬੋਲੀ ਦੀ ਸੇਵਾ ਕਰੀਏ, ਅਸੀਂ ਕਰ ਰਹੇ ਹਾਂ। ਲੇਖਕ ਹੈ, ਰਾਈਟਰ ਹੈ, ਸਿੰਗਰ ਹੈ, ਉਹ ਸਭ ਮਾਂ ਬੋਲੀ ਦੀ ਸੇਵਾ ਕਰ ਰਹੇ ਹਾਂ। ਮਾਂ ਬੋਲੀ ਤਦੀ ਜ਼ਿੰਦਾ ਰਹੇਗੀ ਜੇ ਥੋੜ੍ਹੀ ਬਹੁਤ ਸਰਕਾਰ ਵੀ ਸਾਡੀ ਮਦਦ ਕਰੇ, ਨਹੀਂ ਅਦਰਵਾਈਜ਼ ਇੱਦਾਂ ਹੌਲੀ ਹੌਲੀ ਪੰਜਾਬੀ ਪਿੱਛੇ ਹੁੰਦੀ। ਜਿਸ ਕੌਮ ਦੀ ਜ਼ੁਬਾਨ ਮਰ ਗਈ ਉਹ ਕੌਮ ਹੀ ਮਰ ਗਈ।
बजट हिल जाता ਜਿਵੇਂ ਸਹੀ ਗੱਲ ਕਹਿ ਰਹੇ ਨੇ ਜੀ ਕਿਸੇ ਬੱਚੇ ਦਾ 5000 ਪਾਕਟ ਮਨੀ ਆ ਜੇ 2-2.5 ਹਜ਼ਾਰ ਉਹਦਾ ਇੱਕ ਪਿਕਚਰ 'ਚ ਨਿਕਲ ਗਿਆ ਉਹ ਤਾਂ ਵਿਚਾਰੇ ਤੋਂ ਫਿਲਮ ਨਹੀਂ ਦੁਬਾਰਾ ਦੇਖੀ ਜਾਣੀ ਸੋ ਇਹਦਾ ਮਤਲਬ ਜੇ ਆਪਾਂ ਆਪ ਵੀ ਦੇਖੀਏ ਤਾਂ ਮਹੀਨੇ 'ਚ ਇੱਕੋ ਫਿਲਮ ਹਿੱਟ ਹੋ ਸਕਦੀ ਹੈ ਜਿਹਨੂੰ ਸਭ ਦੇਖ ਸਕਦੇ ਆ ਔਰ ਸਰਕਾਰ ਨੂੰ ਨੁਕਸਾਨ ਨਹੀਂ ਹੈ ਜੋ ਟੈਕਸ ਛੋਟੀ ਟਿਕਟ 'ਤੇ ਉਹਨਾਂ ਨੇ ਲੈਣਾ ਉਹ ਉਹਨਾਂ ਨੂੰ ਪੂਰਾ ਮਿਲ ਜਾਣਾ ਹੈ ਸਮਾਂ ਉਹਨਾਂ ਨੂੰ ਟੈਕਸ ਹੋਰ ਕਲੈਕਸ਼ਨ ਵਧੇਗੀ ਜੀ ਉਹ ਖੋਲ੍ਹਣੇ ਚਾਹੀਦੇ ਦੇਖੋ ਸਿੰਗਲ ਦੇਖੋ ਹਲ ਇਹ 'ਚ ਮੈਂ ਹੋਰ ਫਰਕ ਦੱਸਦਾ ਜੀ ਆਪਾਂ ਸਾਊਥ ਚਲੇ ਜਾਓ ਮਲਟੀਪਲੈਕਸ ਦੇ ਰੇਟਸ ਇੱਥੋਂ ਦੇ ਮਲਟੀਪਲੈਕਸ ਨਾਲੋਂ ਅੱਧੇ ਨੇ ਉੱਥੇ ਉਹਨਾਂ ਨੇ ਰੇਟ ਨਹੀਂ ਬਦਲ ਦਿੱਤੇ ਟਿਕਟਾਂ ਦੇ ਤਾਂ ਹੀ ਉਹਨਾਂ ਦੀਆਂ ਫਿਲਮਾਂ ਇੰਨੀਆਂ ਚੱਲ ਰਹੀਆਂ ਨੇ ਕਿ ਉਹਨਾਂ ਨੇ ਰੇਟ ਬਹੁਤ ਹਿਸਾਬ ਨਾਲ ਰੱਖੇ ਹੋਏ ਨੇ ਉੱਥੇ ਮੈਂ ਨਹੀਂ ਸਮਝਦਾ ਕਿ ਕੋਈ ਵੀ ਮਲਟੀਪਲੈਕਸ ਦੀ ਟਿਕਟ 100 ਰੁਪਏ ਤੋਂ ਉੱਤੇ ਆ ਉਹਨਾਂ ਨੇ ਰੱਖਿਆ ਹੋਇਆ ਕਿ ਇਹਦੇ ਅੰਦਰ ਅੰਦਰ ਰੱਖਣੇ ਸਿੰਗਲ ਸਕਰੀਨਸ ਵੀ ਰੱਖੇ ਹੋਏ ਨੇ ਆਪਣੇ ਸਿੰਗਲ ਸਕਰੀਨਸ ਦੇ ਅੰਦਰ ਇੱਥੇ ਅੱਛੀ ਫੈਮਿਲੀਜ਼ ਜਾਣਾ ਤਾਂ ਸਮਝਦੀਆਂ ਨੇ ਕਿ ਨਹੀਂ ਵੀ ਮਤਲਬ ਇੱਕ ਕੰਪਲੈਕਸ ਆ ਉਹਨਾਂ ਨੂੰ ਅਤੇ ਜੇ ਆਪਾਂ ਸਿੰਗਲ ਸਕਰੀਨਸ ਨੂੰ ਵੀ ਠੀਕ ਰੱਖਾਂਗੇ ਔਰ ਉਹਨਾਂ ਦਾ ਸਾਊਂਡ ਸਿਸਟਮ ਠੀਕ ਰੱਖਾਂਗੇ ਪ੍ਰੋਜੈਕਸ਼ਨ ਠੀਕ ਰੱਖਾਂਗੇ ਆਈ ਐਮ ਵੈਰੀ ਸ਼ੋਰ ਕਿ ਲੋਕ ਆਉਣਗੇ ਉਹਦਾ ਐਗਜ਼ਾਮਪਲ ਮੈਂ ਦੱਸਦਾ ਪਟਿਆਲੇ ਫੂਲ ਥੀਏਟਰ ਆ ਬੜਾ ਪੁਰਾਣਾ ਥੀਏਟਰ ਆ ਬਹੁਤ ਪੁਰਾਣਾ ਸਿੰਗਲ ਸਕਰੀਨ ਥੀਏਟਰ ਆ ਉਹਨਾਂ ਨੇ ਉਹਦਾ ਸਾਊਂਡ ਸਿਸਟਮ ਸਕਰੀਨ ਸਭ ਚੇਂਜ ਕੀਤਾ ਜਿੰਨੀਆਂ ਅੱਛੀਆਂ ਫੈਮਿਲੀਜ਼ ਮਾਲ 'ਚ ਜਾਂਦੀਆਂ ਉਨੀਆਂ ਹੀ ਅੱਛੀਆਂ ਫੈਮਿਲੀਜ਼ ਫੂਲ ਥੀਏਟਰ 'ਚ ਜਾਂਦੀਆਂ ਨਹੀਂ ਚੰਡੀਗੜ੍ਹ 'ਚ ਕਿਰਨ ਹੈ ਕਿਰਨ ਜੀ ਹਾਂ ਨੀਲਮ ਹੈਗਾ ਜਾਂਦੇ ਲੋਕ ਜਾਂਦੇ ਫੁੱਲ ਹੁੰਦੇ ਆ ਪਰ ਕਿਤੇ ਇਹ ਵੀ ਗੱਲ ਹੁੰਦੀ ਹੈ ਕਿ ਜਿਹੜੇ ਇੱਦਾਂ ਦੇ ਸਿੰਗਲ ਸਕਰੀਨ ਸਿਨੇਮਾ ਹੈ ਉਹ ਖੰਡਰਾਤ ਹੋ ਰਹੇ ਇਹ ਤਾਂ ਹੈ ਇਹ ਥੋੜ੍ਹੀ ਜਿਹੀ ਜਿਹੜੀ ਸੰਭਾਲ ਹੈ ਇਸ ਬਾਰੇ ਥੋੜ੍ਹਾ ਜਿਹਾ ਸਰਕਾਰ ਔਰ ਜਦਕਿ ਸਾਡੇ CM ਸਾਹਿਬ ਕਲਾਕਾਰ ਵੀ ਹੈ ਬਹੁਤ ਵੱਡੇ ਕਲਾਕਾਰ ਹੈ ਉਹਨਾਂ ਨੂੰ ਜ਼ਰੂਰ ਇਸ ਬਾਰੇ ਥੋੜ੍ਹਾ ਜਿਹਾ ਸੋਚਣਾ ਚਾਹੀਦਾ ਇਸ ਤਰ੍ਹਾਂ ਕਰਕੇ ਜੇ ਉਹ ਕਰ ਦੇਣ ਤੇ ਇਹ ਬਹੁਤ ਵੱਡਾ ਅਹਿਸਾਨ ਹੋਏਗਾ ਸਾਡੇ ਕਲਾਕਾਰਾਂ ਤੇ ਜੀ ਬਿਲਕੁਲ ਉਮੀਦ ਹੈ ਕਿ ਸਰਕਾਰ ਆ ਜਿਹੜੀ ਸਾਡੀਆਂ ਇਸ ਗੱਲਾਂ ਨੂੰ ਜਿਹੜੀਆਂ ਇੰਪੋਰਟੈਂਟ ਨੇ ਜ਼ਰੂਰ ਸੁਣੇਗੀ ਤਾਂ ਕਿ ਜਿਹੜੇ ਆਮ ਤਬਕੇ ਦੇ ਲੋਕ ਨੇ ਉਹ ਵੀ ਫਿਲਮਾਂ ਨੂੰ ਇੰਜੋਏ ਕਰਨ ਪਾ ਸਕਣ ਤੁਸੀਂ ਗੋਲ ਗੱਪੇ ਖਾਇਆ ਕਰੋ ਥੋੜੀ ਆਵਾਜ਼ ਥੋੜੀ ਉੱਚੀ ਹੋ ਜਾਏ ਜੀ ਘੱਟ ਖਾਂਦੇ ਗੋਲ ਗੱਪੇ ਨਹੀਂ ਮੈਨੂੰ ਬਹੁਤ ਪਸੰਦ ਨੇ ਵੈਸੇ ਤਾਂ ਕੁੜੀਆਂ ਹਰ ਗੋਲ ਗੱਪੇ ਹਰੇ ਖਾਂਦੇ ਹਾਂ ਉਹ ਤਾਂ ਹੈ ਹੀ ਫੇਵਰੇਟ ਹੁੰਦੇ ਆ ਜੀ ਗੋਲ ਗੱਪੇ ਤੇ ਵਾਪਸ ਆਉਂਦੇ ਆ ਸੋ ਸਰ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਸੈੱਟ ਤੇ ਕਿੱਦਾਂ ਦਾ ਮਾਹੌਲ ਸੀਗਾ ਐਂਡ ਕੀ ਮਸਤੀ ਕੀਤੀ ਮਾਹੌਲ ਇਹੋ ਜਿਹਾ ਸੀਗਾ ਕਿ ਜੀ ਮੇਰਾ ਹੀ 25 ਦਿਨ ਦਾ ਮੇਰਾ ਕੰਮ ਸੀਗਾ ਇਸ ਫਿਲਮ ਦੇ ਵਿੱਚ ਅਤੇ ਰੋਜ਼ ਇਹ ਸਵੇਰੇ ਡਾਇਰੈਕਟਰ ਸਾਹਿਬ 9 ਵਜੇ ਉੱਥੇ ਬੁਲਾ ਲੈਂਦੇ ਸੀਗੇ ਸੈੱਟ 'ਤੇ ਅਤੇ ਰਾਤ ਨੂੰ 10 ਵਜੇ ਪੈਕਅਪ ਕਰਦੇ ਸੀਗੇ ਅਤੇ ਜਦੋਂ 10 ਵਜੇ ਪੈਕਅਪ ਕਰਦੇ ਸੀ ਤਾਂ ਜੀ ਨਹੀਂ ਕਰਦਾ ਸੀਗਾ ਘਰ ਜਾਣ ਨੂੰ 25 ਦਿਨ ਦੀ ਜਦੋਂ ਮੇਰੀ ਸ਼ੂਟਿੰਗ ਖਤਮ ਹੋ ਗਈ ਉਸ ਦਿਨ ਮੇਰੀ ਅੱਖਾਂ ਦੇ ਵਿੱਚ ਪਾਣੀ ਸੀਗਾ ਯਾਰ ਮੈਂ ਕੱਲ੍ਹ ਤੋਂ ਨਹੀਂ ਆਵਾਂਗਾ ਇਹਨਾਂ ਨੇ ਕਿਹਾ 2 ਦਿਨ ਦੀ ਸ਼ੂਟਿੰਗ ਰਹਿੰਦੀ ਹੈ ਬਾਕੀ ਤਾਂ ਹੋ ਹੀ ਗਈ ਹੈ ਤੁਹਾਡੇ ਨਾਲ ਹੀ ਕੀਤਾ ਮੈਂ ਕਿਹਾ ਉਹ ਅਲਾਓ ਕਰੋ 2 ਦਿਨ ਵੀ ਮੈਂ ਆ ਜਾ ਬੇਸ਼ੱਕ ਮੇਰਾ ਕੰਮ ਨਾ ਹੋਵੇ ਇੰਨਾ ਇੱਕ ਇਹ ਇਨਸਾਨ ਦਾ ਔਰਾ ਇਹ ਜਾਏ ਦੂਸਰੀ ਫਿਲਮ ਇਹੀ ਜੀ ਕਿ ਸੈੱਟ ਤੋਂ ਜਾਣ ਨੂੰ ਰੂਹ ਨਹੀਂ ਕਰਦਾ ਦਰਸ਼ਕਾਂ ਨੂੰ ਇਹੀ ਕਹਿਣਾ ਚਾਹੂੰਗਾ ਜੀ ਕਿ ਬੜੀ ਦੇਰ ਬਾਅਦ ਕਾਮੇਡੀ ਆਊਟ ਐਂਡ ਆਊਟ ਕਾਮੇਡੀ ਫਿਲਮ ਥੀਏਟਰਾਂ 'ਚ ਆ ਰਹੀ ਹੈ ਅਤੇ ਜਾਓ ਜੀ ਫੈਮਿਲੀ ਨੂੰ ਲੈ ਕੇ ਜਾਓ ਅਤੇ ਇੰਜੋਏ ਕਰੋ 2-2.5 ਘੰਟੇ ਲਈ ਤੁਸੀਂ ਤੁਹਾਡੀ ਫੈਮਿਲੀ ਆਪਣੀ ਜਿਹੜੀ ਵੀ ਤੁਹਾਡੀ ਟੈਨਸ਼ਨ ਹੈਗੀ ਆ ਲਾਈਫ ਦੀ ਉਹ ਭੁੱਲ ਜੂਗੀ ਇੰਜੋਏ ਕਰੋਗੇ ਫੈਮਿਲੀ ਦੇ ਨਾਲ ਦੇਖਣ ਵਾਲੀ ਫਿਲਮ ਹੈਗੀ ਆ ਅਤੇ ਜਿੰਨਾ ਸਵਾਦ ਗੋਲ ਗੱਪੇ ਖਾ ਕੇ ਆਉਂਦਾ ਉਨਾ ਹੀ ਸਵਾਦ ਇਹ ਗੋਲ ਗੱਪੇ ਦੇਖ ਕੇ ਆਊਗਾ ਸੋ ਪਲੀਜ਼ ਜਾਓ 17 ਫਰਵਰੀ ਨੂੰ ਫਿਲਮ ਰਿਲੀਜ਼ ਹੋ ਰਹੀ ਆ ਜਾ ਕੇ ਦੇਖੋ ਆਪਣੀ ਫੈਮਿਲੀ ਦੇ ਨਾਲ ਅੱਛਾ ਮੈਂ ਇੱਕ ਬੇਨਤੀ ਇਹ ਕਰਨਾ ਚਾਹੁੰਦਾ ਜਿੱਦਾਂ ਹੁਣੇ ਤੁਸੀਂ ਜਿਹੜਾ ਪਹਿਲਾਂ ਹੀ ਸਵਾਲ ਕੀਤਾ ਸੀਗਾ ਵੀ ਇਹ ਰੀਮੇਕ ਹੈ ਕਿਸੇ ਫਿਲਮ ਦਾ ਉਸ ਰਾਮਾਜੀ ਰਾਓ ਕਿਹਾ ਰਾਮਜੀ ਰਾਓ ਸਪੀਕਿੰਗ ਤੇ ਬਣੀ ਹੇਰਾ ਫੇਰੀ ਦੇ ਵਿੱਚ ਰੋਲ ਕੀਤਾ ਸੀਗਾ ਅਕਸ਼ੇ ਕੁਮਾਰ ਜੀ ਨੇ ਸੁਨੀਲ ਸ਼ੇਟੀ ਜੀ ਨੇ ਅਤੇ ਪਰੇਸ਼ ਰਾਵਲ ਜੀ ਨੇ ਅਗਰ ਇੰਨੇ ਦਿੱਗਜ ਕਲਾਕਾਰਾਂ ਦੇ ਰੋਲ
मतलब दर्शकों नूं कह रहा यह गल थोड़े घर के बंदे कर रहे हैं, मैं कर रहा बीनू ढिल्लों कर रहे, रजत बेदी कर रहे, डायरेक्ट ही कर रहे हैं, एक जरा देखो तो सही एक बारी भी थोड़े जिहड़े ये खिलाड़ी है वो नैशनल लैवल दे जिहड़े खिलाड़ी है उन्होंने मुकाबले कित्थे खड़ते हैं। जे सानू होर मेहनत की लोड़ पई तो काइंडली सानू कन्वे करो कमेंट्स वगैरह करके भी होर मेहनत करो, पर कमेंट करो फिल्म देखने तो बाद हूँ ही ना कर दौ भी ऐदा सी ये सी वो, फिल्म देखने तो बाद कमेंट करो कि असी उन्होंने लैवल तो किन्ने क थले हैं, किन्नी क होर मेहनत की किन्नी क बैठकों की होर लोड़ है। मैं जो तुसी कहोगे सिर मत्थे ते होएगा। एक बार फिल्म देखियो 17 फरवरी नू, ये नहीं भी 17 नू जे टिकट ना मिली तो 18 नहीं जाना, जिदन मर्जी जा रहे हो जायो, पर 17 नू फिल्म आ रही है और कोशिश की है भी थोड़े जड़े ये थोड़े वेड़े दे बंदे थोड़े प्लेयर है ये किसी तरह माड़े ना रहन कमज़ोर ना रहन, ये डायरेक्टर साहब ने कोशिश की है। तो बाकी ਤੁਹਾਡੇ ਹੱਥ ਵਿੱਚ ਇਨਸਾਫ ਕਰਨਾ ਜੀ ਬਿਲਕੁਲ ਬਿਲਕੁਲ ਜ਼ਰੂਰ ਚਾਹਾਂਗੀ ਜਾਂਦੇ ਜਾਂਦੇ ਡਾਇਲੋਗ ਕੋਈ ਹੋ ਜਾਏ ਜਾਂਦੇ ਜਾਂਦੇ ਮੇਰਾ ਡਾਇਲੋਗ ਕੋਈ ਤੁਸੀਂ ਸੁਣਾਓ ਫਿਰ ਮੈਂ ਦੇਖਦਾ ਤੁਹਾਨੂੰ ਕਿੰਨਾ ਕੀ ਯਾਦ ਡਾਇਲੋਗ ਤਾਂ ਮੈਨੂੰ ਨਹੀਂ ਯਾਦ ਆਲੇ ਫਿਰ ਜਦੋਂ ਤੁਹਾਨੂੰ ਯਾਦ ਹੀ ਨਹੀਂ ਦਰਸ਼ਕਾਂ ਨੂੰ ਹਜ਼ਾਰਾਂ ਤੁਸੀਂ ਦੇਖਿਓ ਕਮੈਂਟਸ ਤੇ ਵਿੱਚ ਦਰਸ਼ਕਾਂ ਨੇ ਹਜ਼ਾਰਾਂ ਡਾਇਲੋਗ ਬੋਲ ਦੇਣੇ ਆ। साडे खानदान का ये असूल है भी असी कदी आऊ नहीं किया, हमेशा आऊ ही किया। एक ये सीगा है ना, एक इन्हां दी फिल्म दा सीगा भी जे मेरी मर्जी तो खिलाफ तू विआह किया तो यह दुनिया का पहला विआह होएगा जिहदे च शगन नहीं नील पैणगे। थैंक यू सो मच, बहुत चंगा लगा थोड़ी दोहां नाल गलबात करके। अच्छा ये दसो केड़ी तारीक नु आ रही है फिल्म? 17 फरवरी। ना की है फिल्म? गोलगप्पे। उच्ची जी गोलगप्पे। सो गोलगप्पे आ रही है जी 17 फरवरी नु तुहाडे नेड़े दे सिनेमा घरां दे विच लग जानी है। फिलहाल दे लई मैनु यानी सिमरन हंस नु दियो इजाजत, ते सन सैनल बीएन शर्मा जी ते समीप कांजी, थैंक यू सो मच। थैंक यू सो मच।